जहाँ बरकतें मिलती हैं, जहाँ बरकतें मिलती हैं, आओ खुदावंद के घर चले। जहाँ नेमतें मिलती हैं, जहाँ नेमतें मिलती हैं, आओ खुदावंद के घर चले। बिन मंगियां सब कुछ मिल जांदा, वचन तेरे नु जो दिल च बसोंदा। खोज करें जो स्वर्ग राज दी, खोज करे जो स्वर्ग राज दी, ओ मौजां जिंदगी च मानदा। की मंगा तेरे कोलो यीशु जी, तू ते दिल दियां गल्लां जानन दा। की मंगा तेरे कोलो यीशु जी, तू ते दिल दियां गल्लां जानन दा। बाप ते बेटे ते रूपाक ते नाते आमीन। ਸਾਡੇ ਪ੍ਰਭੂ ਯੇਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯੇਸੂ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਅੱਜ 23 ਮਈ ਆਮ ਸਮੇਂ ਦਾ 7ਵਾਂ ਹਫ਼ਤੇ ਦਾ ਵੀਰਵਾਰ, ਅੱਜ ਦੇ ਦਿਨ ਅਸਾਂ ਉਹ ਖੁਦਾ ਨੂੰ ਵੇਖਦੇ ਹਾਂ ਜੋ ਸਾਡੇ
ਵੱਡੇ ਵੱਡੇ ਗੁਣਾਂ ਨੂੰ ਭੁੱਲ ਜਾਂਦਾ ਅਤੇ ਸਾਡੇ ਛੋਟੀਆਂ ਛੋਟੀਆਂ ਭਲਾਈ ਦਾ ਕੰਮ ਨੂੰ ਯਾਦ ਕਰਦਾ। ਖੁਦਾ ਮਿਹਰਬਾਨ ਹੈ ਔਰ ਉਹ ਸਦਾ ਸਾਡੀ ਭਲਾਈ ਸੋਚਦਾ। ਖੁਦਾ ਨੇ ਅੱਜ ਦੇ ਦਿਨ ਕਲਾਮ ਦੇ ਰਾਹੀਂ ਸਾਨੂੰ ਇਹ ਸਿੱਖਿਆ ਵੀ ਦਿੰਦਾ ਕਿ ਸਾਡੇ ਸਰੀਰਕ ਅੰਗਾਂ ਵਿੱਚੋਂ ਕੋਈ ਵੀ ਪਾਪ ਕਰਨ ਲਈ ਸਾਨੂੰ ਪ੍ਰੇਰਣਾ ਦਿੰਦਾ ਉਹਨੂੰ ਵੱਟ ਸੁੱਟਣਾ ਚਾਹੀਦਾ। ਯਾਨੀ ਪੂਰਨ ਤੌਰ 'ਤੇ ਅਸੀਂ ਆਪਣੇ ਆਪ ਨੂੰ ਪ੍ਰਭੂ ਦੇ ਹਵਾਲੇ ਕਰਨ ਵਾਲਾ ਬਣਨਾ ਚਾਹੀਦਾ। ਅਸਾਂ ਇਸ ਦੁਨੀਆ ਵਿੱਚ ਰਹਿ ਕੇ ਪ੍ਰਭੂ ਯੇਸੂ ਮਸੀਹ ਦਾ ਖੁਸ਼ਖਬਰੀ ਦਾ ਗਵਾਹ ਬਣਨ ਲਈ ਚੁਣਿਆ ਗਿਆ ਹੈ, ਨਿਯੁਕਤ ਕੀਤਾ ਗਿਆ ਹੈ। ਇਸ ਲਈ ਸਾਡਾ ਵਰਤਾਵ ਕਦੀ ਵੀ ਕਿਸੇ ਨੂੰ ਵੀ, ਕੋਈ ਛੋਟੇ ਬੱਚੇ ਨੂੰ ਵੀ ਟੋਕਰ ਦਾ ਕਾਰਨ ਨਹੀਂ ਬਣਨਾ ਚਾਹੀਦਾ। ਆਈਏ, ਕਈ ਵਾਰ ਅਸਾਂ ਦੁਨੀਆਵੀ ਗੱਲਾਂ ਦੇ ਮਗਰ ਭੱਜ ਕੇ ਪਾਪ ਦਾ ਸ਼ਿਕਾਰ ਬਣ ਜਾਂਦੇ ਹਾਂ। ਸਾਡੇ ਨਿੱਜੀ ਜ਼ਿੰਦਗੀ ਦੇ ਵਿੱਚ ਠੋਸ ਕਦਮ ਚੱਕਣ ਦੀ ਜ਼ਰੂਰਤ ਹੁੰਦਾ। ਸੋਚ ਵਿਚਾਰ ਕੇ ਉਹਨਾਂ ਕਮੀਆਂ ਨੂੰ ਛੇਤੇ ਕਰੀਏ ਅਤੇ ਅਫਸੋਸ ਆਈ ਹੋ ਕੇ ਪ੍ਰਭੂ ਤੋਂ ਮਾਫ਼ੀ ਮੰਗੀ। ਪਛਤਾ ਵੀ ਹੋ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਇਹ ਪ੍ਰਾਉ ਤੇ ਪੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਇਹ ਪ੍ਰਾਉ ਤੇ ਪੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਤੇ ਦਇਆ ਕਰੇ, ਸਾਡੀਆਂ ਗੁਨਾਹ ਨੂੰ ਮਾਫ਼ ਕਰਕੇ ਸਾਨੂੰ ਸਦੀਵੀ ਜੀਵਨ ਵੱਲ ਪੰਜਾਵੇ। ਆਮੇਨ। ਹੇ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਹੇ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਹੇ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ, ਇਹ ਪੂਰੀ ਕੁਦਰਤ ਵਾਲੇ ਦੇ ਦਿਆਲੂ ਖੁਦਾ ਬਾਪ, ਸਾਡੀ ਮਦਦ ਕਰ ਕਿ ਅਸੀਂ ਹਮੇਸ਼ਾ ਰੂਹ ਦੀ ਆਵਾਜ਼ ਵੱਲ ਕੰਨ ਦੇ ਕੇ ਤੇਰੀ ਮਰਜ਼ੀ ਨੂੰ ਪਛਾਣ ਸਕੀਏ ਅਤੇ ਆਪਣੀਆਂ ਗੱਲਾਂ ਅਤੇ ਕੰਮਾਂ ਵਿੱਚ ਉਸਨੂੰ ਪੂਰਾ ਕਰ ਸਕੀਏ। ਸਾਡੇ ਪ੍ਰਭੂ ਯੇਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜੀਵਨ ਦਾ ਦੇ ਰਾਜ ਕਰਤਾ ਹੈ, ਸਦਾ ਤੋਂ ਸਦਾ ਤਿਕਰ। ਆਮੇਨ। ਪਾਠ ਪਹਿਲਾ, ਸੰਤ ਯਾਕੂਬ ਦੇ ਪੱਤਰ ਵਿੱਚੋਂ ਉਸਦਾ 5:1-6 ਆਇਤਾਂ। ਹੁਣ ਤੁਸੀਂ ਅਮੀਰ ਲੋਕੋ ਸੁਣੋ, ਤੁਸੀਂ ਉਹਨਾਂ ਬਿਪਤਾਵਾਂ ਦੇ ਲਈ
ਜੋ ਤੁਹਾਡੇ ਉੱਤੇ ਆਉਣ ਵਾਲੀਆਂ ਹਨ। ਰੋਵੋ ਅਤੇ ਵੈਣ ਪਾਓ, ਤੁਹਾਡੀ ਧਨ ਸੰਪੱਤੀ ਸੜ ਗਲ ਗਈ ਹੈ ਅਤੇ ਤੁਹਾਡੇ ਕੱਪੜੇ ਨੂੰ ਕੀੜੇ ਖਾ ਗਏ ਹਨ। ਤੁਹਾਡੇ ਸੋਨੇ ਚਾਂਦੀ ਉੱਤੇ ਜੰਗਾਲ ਲੱਗ ਗਿਆ ਹੈ ਅਤੇ ਉਹ ਜੰਗਾਲ ਤੁਹਾਡੇ ਵਿਰੁੱਧ ਗਵਾਹੀ ਦੇਵੇਗਾ ਅਤੇ ਉਹ ਧਨ ਸੰਪੱਤੀ ਜੋ ਤੁਸੀਂ ਆਪਣੀ ਆਖਰੀ ਦਿਨਾਂ ਲਈ ਜਮ੍ਹਾਂ ਕਰ ਰੱਖੀ ਹੈ ਅੱਗ ਵਾਂਗ ਤੁਹਾਡੇ ਮਾਸ ਨੂੰ ਖਾਵੇਗੀ। ਸੁਣੋ, ਜਿਨ੍ਹਾਂ ਮਜ਼ਦੂਰਾਂ ਨੇ ਤੁਹਾਡੇ ਖੇਤਾਂ ਵਿੱਚੋਂ ਘਾਹ ਕੱਢਿਆ ਅਤੇ ਤੁਸੀਂ ਧੋਖੇ ਨਾਲ ਉਹਨਾਂ ਦੀ ਮਜ਼ਦੂਰੀ ਆਪਣੇ ਕੋਲ ਰੱਖ ਛੱਡੀ, ਉਹ ਮਜ਼ਦੂਰੀ ਪੁਕਾਰ ਰਹੀ ਹੈ ਅਤੇ ਵਾਢੀ ਕਰਨ ਵਾਲਿਆਂ ਦੀ ਦੁਹਾਈ ਸੈਨਾ ਦੇ ਪ੍ਰਭੂ ਦੇ ਕੰਨਾਂ ਵਿੱਚ ਪਹੁੰਚ ਗਈ ਹੈ। ਤੁਸੀਂ ਧਰਤੀ ਉੱਤੇ ਸੁੱਖਾਂ ਭਰਿਆ ਅਤੇ ਭੋਗ ਵਿਲਾਸ ਦਾ ਜੀਵਨ ਗੁਜ਼ਾਰਿਆ ਹੈ ਅਤੇ ਕਤਲੇਆਮ ਦੇ ਦਿਨ ਆਪਣੇ ਦਿਲਾਂ ਉੱਤੇ ਚਰਬੀ ਚਾੜੀ ਹੈ। ਤੁਸੀਂ ਧਰਮੀ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਮਾਰ ਦਿੱਤਾ ਹੈ, ਉਹ ਤੁਹਾਡਾ ਕੋਈ ਵਿਰੋਧ ਨਹੀਂ ਕਰਦਾ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ।
ਦੀ ਕੇ ਮਾਲੇ ਤੁਮੀ ਹੋ, ਸਾਰੀ ਸ੍ਰਿਸ਼ਟੀ ਕੇ ਰਚਕ ਤੁਮੀ ਹੋ, ਕਰਦੇ ਹੈ ਤੁਝਕੋ ਸਾਗਰ ਬਣਾ, ਗਾਤੇ ਹੈ ਤੇਰੇ ਹੀ ਗੁਣਗਾਨ, ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਮਰਕਸ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਪ੍ਰਭੂ ਯੇਸੂ ਨੇ ਕਿਹਾ, ਕਿਉਂਕਿ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜੋ ਕੋਈ ਤੁਹਾਨੂੰ ਪੀਣ ਵਾਸਤੇ ਇੱਕ ਪਿਆਲਾ ਪਾਣੀ ਦਿੰਦਾ ਹੈ, ਇਸ ਲਈ ਕਿ ਤੁਸੀਂ ਮਸੀਹ ਦਾ ਨਾਮ ਧਾਰਿਆ ਹੈ, ਤਾਂ ਉਹ ਆਪਣਾ ਇਨਾਮ ਪਾਉਣ ਤੋਂ ਬਿਲਕੁਲ ਵਾਂਝਾ ਨਹੀਂ ਰਹੇਗਾ। ਮੇਰੇ ਉੱਤੇ ਇਮਾਨ ਰੱਖਣ ਵਾਲੇ ਇਹਨਾਂ ਨਿਆਣਿਆਂ ਵਿੱਚੋਂ ਕਿਸੇ ਇੱਕ ਲਈ ਜੋ ਕੋਈ ਪਾਪ ਦਾ ਕਾਰਨ ਬਣਦਾ ਹੈ, ਉਸ ਲਈ ਇਹ ਬਿਹਤਰ ਹੈ ਕਿ ਚੱਕੀ ਦਾ ਵੱਡਾ ਪੁੜ ਉਸਦੇ ਗਲੇ ਵਿੱਚ ਬੰਨ ਦਿੱਤਾ ਜਾਵੇ ਅਤੇ ਉਸਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ। ਜੇਕਰ ਤੇਰਾ ਹੱਥ ਤੇਰੇ ਲਈ ਪਾਪ ਦਾ ਕਾਰਨ ਬਣਦਾ ਹੈ ਤਾਂ ਉਸਨੂੰ ਵੱਢ ਦੇ। ਤੇਰੇ ਲਈ ਇਹ ਬਿਹਤਰ ਹੈ ਕਿ ਤੂੰ ਟੁੰਡਾ ਹੋ ਕੇ ਜੀਵਨ ਵਿੱਚ ਦਾਖਲ ਹੋਵੇ ਬਜਾਏ ਇਸ ਦੇ ਕਿ ਦੋਵਾਂ ਹੱਥਾਂ ਸਣੇ ਨਰਗ ਦੀ ਨਾ ਬੁਝਣ ਵਾਲੀ ਅੱਗ ਵਿੱਚ ਸੁੱਟਿਆ ਜਾਵੇ। ਜੇਕਰ ਤੇਰਾ ਪੈਰ ਤੇਰੇ ਲਈ ਪਾਪ ਦਾ ਕਾਰਨ ਬਣਦਾ ਹੈ ਤਾਂ ਉਸਨੂੰ ਵੱਢ ਦੇ। ਤੇਰੇ ਲਈ ਇਹ ਬਿਹਤਰ ਹੈ ਕਿ ਤੂੰ ਲੰਗੜਾ ਹੋ ਕੇ ਜੀਵਨ ਵਿੱਚ ਦਾਖਲ ਹੋਵੇ ਬਜਾਏ ਇਸ ਦੇ ਕਿ ਦੋਵੇਂ ਪੈਰ ਰਗਤੇ ਹੋਏ ਨਰਗ ਵਿੱਚ ਸੁੱਟ ਦਿੱਤਾ ਜਾਵੇ। ਜੇਕਰ ਤੇਰੀ ਅੱਖ ਤੇਰੇ ਲਈ ਪਾਪ ਦਾ ਕਾਰਨ ਬਣਦੀ ਹੈ ਤਾਂ ਉਸ ਨੂੰ ਕੱਢ ਦੇ। ਤੇਰੇ ਲਈ ਇਹ ਬਿਹਤਰ ਹੈ ਕਿ ਤੂੰ ਇੱਕ ਅੱਖ ਦੇ ਨਾਲ ਖੁਦਾ ਦੇ ਰਾਜ ਵਿੱਚ ਦਾਖਲ ਹੋਵੇ ਬਜਾਏ ਇਸ ਦੇ ਕਿ ਦੋਵੇਂ ਅੱਖਾਂ ਰਗਦੇ ਹੋਏ ਨਰਗ ਵਿੱਚ ਸੁੱਟ ਦਿੱਤਾ ਜਾਵੇ, ਜਿੱਥੇ ਉਹਨਾਂ ਦਾ ਕੀੜਾ ਕਦੀ ਨਹੀਂ ਮਰਦਾ ਅਤੇ ਅੱਗ ਕਦੀ ਨਹੀਂ ਬੁਝਦੀ, ਕਿਉਂਕਿ ਹਰ ਕੋਈ ਅੱਗ ਨਾਲ ਸਲੂਣਾ ਕੀਤਾ ਜਾਵੇਗਾ। ਲੂਣ ਚੰਗਾ ਹੈ, ਪਰ ਜੇਕਰ ਲੂਣ ਫਿੱਕਾ ਪੈ ਜਾਵੇ ਤਾਂ ਤੁਸੀਂ ਕਿਸ ਤਰ੍ਹਾਂ ਉਸ ਦਾ ਸਵਾਦ ਸਥਾਪਿਤ ਕਰੋਗੇ? ਆਪਣੇ ਵਿੱਚ ਲੂਣ ਰੱਖੋ ਅਤੇ ਆਪਸ ਵਿੱਚ
ਮੇਲ ਮਿਲਾਪ ਨਾਲ ਰਹੋ। ਪ੍ਰਭੂ ਦੀ ਅੰਜੀਲ ਤੇਰੀ ਮਹਿਮਾ ਹੋਵੇ ਐ ਮਸੀਹਾ। ਆਪਣੇ ਵਿੱਚ ਲੂਣ ਰੱਖੋ ਅਤੇ ਆਪਸ ਵਿੱਚ ਮੇਲ ਮਿਲਾਪ ਨਾਲ ਰਹੋ। ਪ੍ਰਭੂ ਯੇਸੂ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਤੋਂ ਪੈਣੋ, ਅੱਜ ਦੇ ਦਿਨ ਪਵਿੱਤਰ ਕਲਾਮ ਸਾਨੂੰ ਸਾਡਾ ਮਸੀਹ ਦੀ ਜ਼ਿੰਦਗੀ ਨੂੰ ਸੁਧਾਰਨ ਲਈ, ਠੋਸ ਕਦਮ ਚੱਕਣ ਲਈ ਸੱਦਾ ਦੇ ਰਹੇ ਨੇ। ਪਾਪ ਦੇ ਕਾਰਨ ਅਜਮਾਇਸ਼ਾਂ ਨੂੰ ਦੂਰ ਕਰਨਾ ਹੈ। ਅਜਮਾਇਸ਼ਾਂ ਸਾਡੇ ਆਪਣੇ ਸਰੀਰਕ ਅੰਗਾਂ ਦੇ ਰਾਹੀਂ ਆਉਂਦੇ ਨੇ, ਔਰ ਸਰੀਰਕ ਅੰਗ ਜਦੋਂ ਪਾਪ ਦਾ ਕਾਰਨ ਬਣ ਜਾਂਦਾ, ਉਹਨੂੰ ਵੱਟ ਸੁੱਟਣ ਲਈ ਜਾਂ ਕੱਢ ਸੁੱਟਣ ਲਈ ਜਦੋਂ ਪ੍ਰਭੂ ਸਾਨੂੰ ਕਹਿੰਦਾ, ਉਹ ਸਾਨੂੰ ਇਹ ਸਮਝਾਉਂਦਾ ਕਿ ਅਸਾਂ ਠੋਸ ਕਦਮ ਚੱਕੇ ਸਾਡਾ ਜ਼ਿੰਦਗੀ ਨੂੰ ਸੁਧਾਰਨ ਲਈ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ। ਇਹ ਸੱਚ ਹੈ ਕਿ ਸਾਡੇ ਲਈ, ਇੱਕ ਮਨੁੱਖ ਲਈ ਖਤ ਇਸ ਲਈ ਜ਼ਰੂਰੀ ਹੈ ਕਿਉਂਕਿ ਕੰਮ ਕਰਨ ਲਈ ਖਤ ਸਾਨੂੰ ਸਹਿਯੋਗ ਦਿੰਦਾ। ਪੈਰ ਵੀ ਸਾਡੇ ਲਈ ਜ਼ਰੂਰੀ ਹੈ ਚੱਲਣ ਲਈ, ਔਰ ਅੱਖਾਂ ਸਾਡੇ ਲਈ ਜ਼ਰੂਰੀ ਹੈ ਵੇਖਣ ਲਈ। ਕੰਮ ਕਰਨਾ, ਚੱਲਣਾ ਫਿਰਨਾ ਅਤੇ ਵੇਖਣਾ, ਇਹ ਤਿੰਨੋਂ ਗੱਲਾਂ ਸਾਡੇ ਨਿੱਜੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਗੱਲਾਂ ਹਨ, ਪਰ ਇਹਨਾਂ ਗੱਲਾਂ ਯਾਨੀ ਸਾਡਾ ਸਰੀਰ ਦੇ ਉਹਨਾਂ ਅੱਖਾਂ, ਉਹਨਾਂ ਅੰਗ ਜਦੋਂ ਸਾਡੇ ਪਾਪ ਦਾ ਕਾਰਨ ਬਣ ਜਾਂਦਾ, ਉਹਨਾਂ ਨੂੰ ਵੱਟ ਸੁੱਟਣਾ ਜਾਂ ਉਹਨਾਂ ਨੂੰ ਤਿਆਗ ਕਰਨਾ ਸਾਡੇ ਨਿੱਜੀ ਜ਼ਿੰਦਗੀ ਲਈ ਚੰਗਾ ਹੋਊਗਾ। ਪ੍ਰਭੂ ਦਾ ਕਦਮ ਦਾ ਮਤਲਬ ਕੀ ਹੈ? ਪ੍ਰਭੂ ਇੱਕ ਅਜਿਹਾ ਖੁਦਾ ਹੈ ਜੋ ਦਇਆਵਾਨ ਹੈ ਔਰ ਸਾਡੇ ਬਾਰੇ ਫਿਕਰਮੰਦ ਵੀ ਰਹਿੰਦਾ, ਔਰ ਸਾਡੇ ਵੱਡੇ ਵੱਡੇ ਗੁਨਾਹਾਂ ਨੂੰ ਤੋਂ ਭੁੱਲ ਜਾਂਦੇ ਨੇ, ਪਰ ਉਹ ਯਾਦ ਰੱਖਦਾ ਸਾਡੇ ਛੋਟੇ ਛੋਟੇ ਭਲਾਈ ਦਾ ਕੰਮ ਨੂੰ। ਇਸ ਲਈ ਪ੍ਰਭੂ ਇਹ ਕਹਿੰਦਾ, ਤੁਸੀਂ ਮੇਰੇ ਨਾਂ 'ਤੇ ਕਿਸੇ ਨੂੰ ਇੱਕ ਗਲਾਸ ਪਾਣੀ ਵੀ ਪਿਲਾਵੇ, ਉਹ ਵੀ ਤੁਹਾਡੇ ਆਸਮਾਨੀ ਬਾਪ ਯਾਦ ਕਰੇਗਾ। ਯਾਨੀ ਕੋਈ ਵੀ ਭਲਾਈ ਦਾ ਕੰਮ ਅਸੀਂ ਕਰੇਗਾ ਤਾਂ ਉਹ ਖੁਦਾ ਯਾਦ ਰੱਖਦਾ, ਪਰ ਜਦੋਂ ਅਸੀਂ ਪਾਪ ਕਰਦਾ, ਉਹ ਪਾਪ ਖੁਦਾ ਭੁੱਲ ਜਾਣ ਲਈ ਤਿਆਰ ਹੈ।
ਪਰ ਸਾਡੇ ਲਈ ਪਾਪ ਦੇ ਮਾਹੌਲ ਤੋਂ ਸਾਡੇ ਆਪਣੇ ਨਿੱਜੀ ਜ਼ਿੰਦਗੀ ਨੂੰ ਦੂਰ ਰੱਖਣ ਦੀ ਜ਼ਰੂਰਤ ਹੈ। ਇਸ ਲਈ ਪ੍ਰਭੂ ਨੇ ਸਮਝਾਇਆ ਕਿ ਸਾਡਾ ਨਿੱਜੀ ਜ਼ਿੰਦਗੀ ਦੂਜਿਆਂ ਲਈ ਨਮੂਨਾ ਦੇਣ ਵਾਲਾ ਜ਼ਿੰਦਗੀ ਹੋਣਾ ਚਾਹੀਦਾ। ਸਾਡੇ ਗਲਤ ਜ਼ਿੰਦਗੀ ਕਈ ਵਾਰ ਦੂਜਿਆਂ ਨੂੰ ਠੋਕਰ ਦਾ ਕਾਰਨ ਬਣ ਜਾਂਦਾ, ਤਾਂ ਪ੍ਰਭੂ ਇਹ ਸਾਨੂੰ ਕਹਿੰਦਾ ਜਦੋਂ ਅਸੀਂ ਕੋਈ ਛੋਟੇ ਬੱਚੇ ਨੂੰ ਵੀ ਗਲਤ ਰਾਸਤੇ 'ਤੇ ਪਾਏ ਤਾਂ ਅਸੀਂ ਸਜ਼ਾ ਲਈ ਲਾਇਕ ਹੈ। ਇਸ ਲਈ ਉਹਨੇ ਕਿਹਾ ਜਦੋਂ ਕੋਈ ਵੀ ਕਿਸੇ ਇੱਕ ਲਈ ਵੀ ਜੋ ਕੋਈ ਪਾਪ ਦਾ ਕਾਰਨ ਬਣਦਾ ਹੈ ਉਸ ਲਈ ਇੱਕ ਇਹ ਬਿਹਤਰ ਹੋਗਾ ਕਿ ਚੱਕੀ ਦਾ ਵੱਡਾ ਪੁੱਡ ਉਸਦੇ ਗਲੇ ਵਿੱਚ ਬੰਨ ਦਿੱਤਾ ਜਾਵੇ ਅਤੇ ਉਸਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ। ਅਸੀਂ ਕਿਸੇ ਦਾ ਵੀ, ਕੋਈ ਛੋਟੇ ਬੱਚੇ ਦਾ ਵੀ ਜ਼ਿੰਦਗੀ ਦੇ ਵਿੱਚ ਟੋਕਰ ਦਾ ਕਾਰਨ ਨਹੀਂ ਬਣਨਾ ਚਾਹੀਦਾ, ਪਾਪ ਦਾ ਕਾਰਨ ਨਹੀਂ ਬਣਨਾ ਚਾਹੀਦਾ। ਉਸੇ ਤਰ੍ਹਾਂ ਸਾਡਾ ਨਿੱਜੀ ਜ਼ਿੰਦਗੀ ਪਾਪ ਤੋਂ ਦੂਰ ਰਹਿਣਾ ਚਾਹੀਦਾ ਅਤੇ ਭਲਾਈ ਦਾ ਕੰਮ ਕਰਨ ਦੇ ਵਿੱਚ ਸਦਾ ਉਤਸੁਕ ਰਹਿਣਾ ਚਾਹੀਦਾ। ਪਾਪ ਦਾ ਕਾਰਨ ਅਜਮਾਇਸ਼ਾਂ ਨੂੰ ਦੂਰ ਕਰਕੇ ਅਸੀਂ ਆਪਣੀ ਜ਼ਿੰਦਗੀ ਨੂੰ ਪਵਿੱਤਰਤਾ ਦੇ ਵਿੱਚ ਦਿਨੋ ਦਿਨ ਵਧਣ ਲਈ ਔਰ ਪੂਰਨਤਾ ਵਿੱਚ ਨੂੰ ਪ੍ਰਾਪਤ ਕਰਨ ਲਈ ਕਾਮਯਾਬ ਹੋ ਸਕਦਾ। ਆਈਏ ਮੇਰੇ ਪਿਆਰੇ ਭਰਾਓ ਤੇ ਭੈਣੋ, ਅੱਜ ਵਿਸ਼ੇਸ਼ ਤੌਰ 'ਤੇ ਖੁਦਾ ਦਾ ਇਹ ਸੱਦੇ ਨੂੰ ਅਸੀਂ ਸਵੀਕਾਰ ਕਰੇ, ਸਾਡੇ ਨਿੱਜੀ ਜ਼ਿੰਦਗੀ ਦੇ ਵਿੱਚੋਂ ਕਮੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਦੂਜਿਆਂ ਨੂੰ ਨਮੂਨਾ ਦੇਣ ਵਾਲਾ ਜ਼ਿੰਦਗੀ ਬਣੇ ਔਰ ਲੂਣ ਵਰਗੇ ਜ਼ਿੰਦਗੀ ਗੁਜ਼ਾਰੇ ਤਾਂ ਕਿ ਦੂਜਿਆਂ ਦੀ ਜ਼ਿੰਦਗੀ ਨੂੰ ਸਵਾਦਲੇ ਬਣਾਉਣ ਵਾਲਾ ਜ਼ਿੰਦਗੀ ਜੀਕੇ। ਇਸ ਧਰਤੀ ਦਾ ਲੂਣ ਅਤੇ ਇਸ ਸੰਸਾਰ ਦਾ ਚਾਨਣ ਬਣਨ ਵਾਲਾ ਮਸੀਹ ਬਣ ਜਾਵੇ। ਇਹ ਉਦੋਂ ਹੋ ਸਕਦਾ ਜਦੋਂ ਅਸੀਂ ਸਾਡੇ ਨਿੱਜੀ ਜ਼ਿੰਦਗੀ ਦੇ ਵਿੱਚ ਮੇਲ ਮਿਲਾਪ ਦਾ ਭਾਵਨਾ ਰੱਖੇ, ਭੈਣ ਭਰਾਵਾਂ ਦੇ ਨਾਲ ਵੀ ਖੁਦਾ ਦੇ ਨਾਲ ਵੀ। ਜਦੋਂ ਅਸੀਂ ਮੇਲ ਮਿਲਾਪ ਦਾ ਜ਼ਿੰਦਗੀ ਰੱਖੇਗਾ ਪਾਪ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣ ਲਈ ਕਾਮਯਾਬ ਵੀ ਹੋਗਾ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇ ਅਤੇ ਬਰਕਤ ਦੇ। ਆਮੇਨ। ਸ਼ਾਫੀਆ ਕਰ ਲਵੋ
ਰੱਖ ਕੇ ਉਮੀਦਾਂ ਕਰ ਦਿਓ ਇਸ ਵਿੱਚ ਆਪਣੀ ਰਹਿਮਤ ਰੱਖ ਕੇ ਉਮੀਦਾਂ ਕਰ ਦਿਓ ਅੱਜ ਸਾਡੇ ਤੇ ਕਿਰਪਾ ਕਰ ਦਿਓ ਅੱਜ ਸਾਡੇ ਤੇ ਕਿਰਪਾ ਪਿਆਰਿਓ ਪ੍ਰਾਰਥਨਾ ਕਰੋ ਤਾਂ ਕਿ ਸਰਵ ਸ਼ਕਤੀਮਾਨ ਖੁਦਾ ਬਾਪ ਸਾਡੇ ਕੁਰਬਾਨੀ ਨੂੰ ਪਵਾਨ ਕਰੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਹੇ ਪ੍ਰਭੂ, ਸਾਡੇ ਈਮਾਨ ਦੇ ਪ੍ਰਗਟਾਵੇ ਵਜੋਂ ਇਹਨਾਂ ਨਜ਼ਰਾਨੀਆਂ ਨੂੰ ਪਵਾਨ ਕਰ, ਬਖਸ਼ ਦੇ ਕਿ ਇਹ ਤੇਰੇ ਪਾਕ ਨਾਂ ਦੀ ਮਹਿਮਾ ਕਰਨ ਅਤੇ ਦੁਨੀਆ ਲਈ ਨਜਾਤ ਦਾ ਵਸੀਲਾ ਬਣਨ, ਸਾਡੇ ਪ੍ਰਭੂ ਮਸੀਹ ਦੇ ਰਾਹੀ ਆਮੇਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਹੇ ਪ੍ਰਭੂ ਪਵਿੱਤਰ ਬਾਪ ਪੂਰੀ ਕੁਦਰਤ ਵਾਲੇ ਦੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗੀ ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਦੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਸਾਡੇ ਲਈ ਤੇਰਾ ਪਿਆਰ ਇੰਨਾ ਮਹਾਨ ਸੀ ਕਿ ਤੂੰ ਆਪਣੇ ਬੇਟੇ ਨੂੰ ਸਾਡਾ ਮੁਕਤੀਦਾਤਾ ਵਜੋਂ ਦੇ ਦਿੱਤਾ। ਤੂੰ ਉਸਨੂੰ ਸਾਡੇ ਵਰਗਾ ਇੱਕ ਇਨਸਾਨ ਬਣਾ ਕੇ ਭੇਜਿਆ ਜੋ ਬੇਗੁਨਾਹ ਸੀ, ਇਸ ਲਈ ਕਿ ਤੂੰ ਸਾਡੇ ਵਿੱਚ ਉਹਨਾਂ ਖੂਬੀਆਂ ਨੂੰ ਵੇਖ ਕੇ ਸਾਨੂੰ ਪਿਆਰ ਕਰ ਸਕੇ ਜੋ ਤੂੰ ਮਸੀਹ ਵਿੱਚ ਵੇਖਦਾ ਹੈ। ਤੇਰੇ ਵਜਲਾਨ ਦੇ ਵਰਦਾਨ ਨੂੰ ਅਸੀਂ ਨਾ ਫਰਮਾਨੀ ਦੇ ਕਾਰਨ ਗਵਾਲੀਆ, ਉਹ ਹੁਣ ਤੇਰੇ ਬੇਟੇ ਦੀ ਆਗਿਆਕਾਰੀ ਦੇ ਕਾਰਨ ਮੁੜ ਬਹਾਲ ਹੋ ਗਏ ਹਨ। ਇਸ ਲਈ ਅਸੀਂ ਆਪਣੇ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤ ਜਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਆਮ ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਂ ਤੇ ਆਉਂਦਾ ਹੈ, ਉਚਾਈਆਂ ਵਿੱਚ ਹੋਸਨਾ। ਹੇ ਪ੍ਰਭੂ, ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਹੀ ਹੈ ਕਿ ਤੇਰੀ ਸਾਰੀ ਸ੍ਰਿਸ਼ਟੀ ਤੇਰੀ ਵਡਿਆਈ ਕਰੇ। ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਦੇ ਰੂਹ ਪਾਕ ਦੀ ਕੁਦਰਤ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਦੇ ਪਾਗਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪ੍ਰਜਾ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਛੱਡਦੇ ਸੂਰਜ ਤੋਂ ਲੈ ਕੇ ਲੈਂਦੇ ਤੱਕ ਇੱਕ ਸ਼ੁੱਧ ਗੁਰਬਾਣੀ ਤੇਰੇ ਪਵਿੱਤਰ ਨਾਮ ਦੇ ਲਈ ਚੜਾਈ ਜਾਵੇ। ਇਸ ਲਈ ਪ੍ਰਭੂ ਅਸੀਂ ਹਲੀਮੀ ਨਾਲ ਤੇਰੀ ਅੱਗੇ ਮਿੰਨਤ ਕਰਦੇ ਹਾਂ। ਆਪਣੀ ਮਿਹਰ ਨਾਲ ਉਹੀ ਰੂਪ ਪਾਕ ਦੇ ਰਾਹੀਂ ਇਹਨਾਂ ਨਜ਼ਰਾਨੀਆਂ ਨੂੰ ਪਵਿੱਤਰ ਕਰ ਜੋ ਅਸੀਂ ਤੇਰੀ ਪਾਕ ਜੂਰੀ ਵਿੱਚ ਲੈ ਕੇ ਆਏ ਹਾਂ, ਤਾਂ ਜੋ ਇਹ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਵਦਨ ਅਤੇ ਲਘੂ ਬਣ ਜਾਵੇ ਜਿਸ ਦੇ ਹੁਕਮ ਨਾਲ ਅਸੀਂ ਇਹਨਾਂ ਪੈਦਾ ਨੂੰ ਮਨਾਉਂਦੇ ਹਾਂ।
ਜਿਸ ਰਾਤ ਉਸਦਾ ਵਿਸ਼ਵਾਸਘਾਤ ਕੀਤਾ ਗਿਆ, ਉਸਨੇ ਰੋਟੀ ਲਈ ਤੇਰਾ ਧੰਨਵਾਦ ਕਰਦੀਆਂ ਬਰਕਤ ਦਿੱਤੀ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ। ਇਹ ਕਹਿੰਦੇ ਹੋਏ ਤੁਸੀਂ ਸਾਰੇ ਲੋ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਵਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਤੇਰਾ ਧੰਨਵਾਦ ਕਰਦੀਆਂ ਬਰਕਤ ਦਿੱਤੀ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ। ਇਹ ਕਹਿੰਦੇ ਹੋਏ ਤੁਸੀਂ ਸਾਰੇ ਲੋ ਅਤੇ ਇਸ ਵਿੱਚੋਂ ਪੀਵੋ, ਕਿਉਂ ਜੋ ਇਹ ਮੇਰਾ ਲਹੂ ਦਾ ਪਿਆਲਾ ਹੈ, ਨਵੇਂ ਦੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਦੇ ਬਹੁਤਿਆਂ ਵਾਸਤੇ ਗੁਨਾਹ ਦੀ ਮਾਫ਼ੀ ਲਈ ਬਾਏ ਜਾਵੇਗਾ। ਮੇਰੀ ਯਾਦ ਵਿੱਚ ਇਹ ਕਿਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫੇਰ ਆਵੇਂਗਾ। ਇਸ ਲਈ ਏ ਪ੍ਰਭੂ, ਅਸੀਂ ਤੇਰੇ ਬੇਟੇ ਦੇ ਮੁਕਤੀਗਾਰੀ ਦੁਗਭੋਗ ਉਸਤ ਜਲਾਲੀ ਜੀਵਨ ਅਤੇ ਸਵਰਗ ਵਿੱਚ ਚੜ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ ਅਤੇ ਉਸ ਤੋਂ ਦੂਜੀ ਵਾਰ ਆਉਣ ਨੂੰ ਠੀਕਦੇ ਹੋਏ ਤੇਰਾ ਧੰਨਵਾਦ ਕਰਦੀ ਹਾਂ। ਇਹ ਜੀਵਨ ਦੀ ਅਤੇ ਪਵਿੱਤਰ ਗੁਰਬਾਣੀ ਤੈਨੂੰ ਚੜਾਉਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਤੂੰ ਆਪਣੀ ਕਲੀਸੀਆ ਦੇ ਚੜਾਵ 'ਤੇ ਨਜ਼ਰ ਕਰ ਅਤੇ ਇਸ ਕੁਰਬਾਨ ਵੇਲੇ ਲੈਣ ਬਜਾਣ ਜਿਸ ਦੀ ਕੁਰਬਾਨੀ ਤੋਂ ਰਾਜ਼ੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਾਇਆ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਦੇ ਵਦਨ ਦੇ ਲਘੂ ਨਾਲ ਰਜਾਏ ਹੋਏ ਅਤੇ ਉਸ ਦੇ ਰੂਪ ਆਗ ਨਾਲ ਪਰਿਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਸਰੀਰ ਅਤੇ ਇੱਕ ਰੂਪ ਬਣ ਜਾਈ। ਉਹ ਸਾਨੂੰ ਤੇਰੇ ਲਈ ਇੱਕ ਸਦੀਵ ਨਜ਼ਰਾਨ ਬਣਾਵੇ ਤਾਂ ਜੋ ਅਸੀਂ ਤੇਰੇ ਚੁਣੇ ਹੋਈਆਂ ਨਾਲ, ਖਾਸ ਕਰਕੇ ਤਨ ਕੁਵਾਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਵਾਰੀ ਦੇ ਮੁਬਾਰਕ ਵਰਸਨ ਦੀ ਯੂਸਫ ਦੇ ਨਾਲ, ਤੇਰੇ ਤਨ ਰਸੂਲਾਂ ਨਾਲ, ਤੇਜਸੀ ਸ਼ਹੀਦਾਂ ਨਾਲ, ਮਹਾਬਰਿਸ਼ਤੇ ਸੰਤ ਮਿਖਾਇਲ, ਸੰਤ ਤੋਮ, ਸੰਤ ਪੈਟ੍ਰਿਕ, ਸੰਤ ਫ੍ਰਾਂਸਿਸ, ਸੰਤ ਦਾਨਣੀ, ਸੰਤ ਅਲਫੋਨਸਾ, ਸੰਤ ਤੇਰੇਸਾ, ਸੰਤ ਜੌਨ ਬੀਆਨੀ, ਸੰਤ ਪਾਦਰੇ ਪੀਓ ਅਤੇ ਤੇਰੇ ਸਾਰੇ ਸੰਤਾਂ ਨਾਲ, ਉਹਨਾਂ ਦੇ ਵਿਰਸੇ ਦੇ ਵਾਰਿਸ ਬਣ ਜਾਈਏ। ਇਹਨਾਂ ਵੱਲੋਂ ਤੇਰੀ ਹਜ਼ੂਰੀ 'ਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨੀ ਮਦਦ ਉੱਤੇ ਅਸੀਂ ਭਰੋਸਾ ਰੱਖਦੇ ਹਾਂ। ਹੇ ਪ੍ਰਭੂ, ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਮੋਟ ਮਿਲਾਪ ਦੀ ਇਹ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਅਤੇ ਮੁਕਤੀ ਲਈ ਆਸਰਦਾਇਕ ਹੋਵੇ। ਤੂੰ ਕਿਰਪਾ ਕਰਕੇ ਇਸ ਧਰਤੀ 'ਤੇ ਫੈਲੀ ਯਾਤਰੀ ਕਲੀਸੀਆ ਨੂੰ, ਆਪਣੇ ਸੇਵਕ ਸਾਡੇ ਸੰਤ ਪਾਪਾ ਫ੍ਰਾਂਸਿਸ ਨੂੰ, ਸਾਡੇ ਰਸੂਲੀ ਸੰਚਾਲਕ ਐਕਨਲੋ ਨੂੰ, ਕੁੱਲ ਦੁਨੀਆ ਦੇ ਬਿਸ਼ਪਾਂ, ਪੁਰੋਹਿਤਾਂ ਅਤੇ ਸਭ ਲੋਕਾਂ ਨੇ ਜਿਨ੍ਹਾਂ ਨੇ ਤੂੰ ਆਪਣਾ ਬਣਾ ਲਿਆ, ਈਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ। ਦਿਆਲੂ ਬਾਪ, ਸੰਸਾਰ ਭਰ ਦੇ ਵਿੱਚ ਕਲਰੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠਾ ਕਰਨ ਦੀ ਕਿਰਪਾ ਕਰ। ਸਾਡੇ ਮੋਏ ਹੋਏ ਭੈਣ ਭਰਾਵਾਂ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਕੋਸ਼ਿਸ਼ ਕਰਦੇ ਸੰਸਾਰ ਵਿੱਚੋਂ ਚਲਣਾ ਕਰ ਗਏ ਹਨ, ਮੇਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ। ਉੱਤੇ ਅਸੀਂ ਤੇਰੀ ਬੜੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਹਾਲ ਰਹਿਣ ਦੀ ਉਮੀਦ ਰੱਖਦੇ ਹਾਂ, ਸਾਡੇ ਪ੍ਰਭ ਮਸੀਹ ਦੇ ਰਾਹੀਂ, ਜਿਸ ਦੇ ਰਾਹੀਂ ਤੂੰ ਦੁਨੀਆ ਨੂੰ
ਹਰ ਚੰਗੀ ਦਾਤ ਬਖਸ਼ਦਾ ਹੈ। ਉਸ ਦੇ ਰਾਗੀ ਉਸ ਦੇ ਨਾਲ ਦੇ ਉਸ ਦੇ ਵਿੱਚ ਇਹ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਪ ਪਾਕ ਦੀ ਏਕਦਾ ਵਿੱਚ ਸਭ ਜਲਾਲ ਦੇ ਵਡਿਆਈ ਤੇਰਾ ਹੀ ਹੈ ਸਦਾ ਤੋਂ ਸਦਾ ਤੀਕ ਆਮੇਨ। ਸਾਡੇ ਮੁਕਤੀਦਾ ਦੇ ਹੁਕਮ ਦੇ ਮੁਤਾਬਕ ਅਤੇ ਉਸ ਦੀ ਖੁਦਾਈ ਸਿੱਖਿਆ ਦੇ ਅਨੁਸਾਰ ਅਸੀਂ ਆਖਣ ਦੀ ਦਲੇਰੀ ਕਰਦੇ ਹਾਂ, ਇਹ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ, ਸਾਡੇ ਰੋਜ਼ ਰੋਟੀ ਹੈ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ, ਸਾਨੂੰ ਜਮੈਸ਼ ਨਾ ਪਾ ਸੁਗਰਾਈ ਤੋਂ ਬਚਾ। ਹੇ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤੰਜ ਦਰ ਦਿਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ, ਹਰ ਮੁਸੀਬਤ ਤੋਂ ਸੁਰਖਤ ਰਹੀਏ, ਜਿਵੇਂ ਮੁਬਾਰਕ ਉਮੀਦ ਰੱਖਦੇ ਅਸੀਂ ਇਸ ਮਸੀਹ ਸਾਡਾ ਮੁਕਤੀਦਾ ਦੇ ਆਵਣ ਦੀ ਠੀਕ ਕਰਦੇ ਆਮ, ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਪ੍ਰਭੂ ਯਿਸੂ ਮਸੀਹਾ ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ, ਤੂੰ ਸਾਡੇ ਗੁਨਾਹ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਮਾਂ ਨੂੰ ਵੇਖ ਅਤੇ ਉਸਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਦੇ ਏਕਤਾ ਪ੍ਰਦਾਨ ਕਰ, ਤੂੰ ਜੋ ਜੀਵਨ ਦਾ ਦੇ ਰਾਜ ਕਰਤਾ ਹੈ ਸਦਾ ਤੋਂ ਸਦਾ ਤਿਕਰ ਆਮੇਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਆਪੋ ਵਿੱਚ ਪ੍ਰੇਮ ਭਾਵ ਦੇ ਸ਼ਾਂਤੀ ਦਾ ਸਲਾਮ ਦੇਈਏ। ਐ ਲੀਲੇ ਖੁਦਾ ਦੇ ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ, ਐ ਲੀਲੇ ਖੁਦਾ ਦੇ ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ, ਐ ਲੀਲੇ ਖੁਦਾ ਦੇ ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਦੇਖੋ ਖੁਦਾ ਦਲੇਲਾ, ਇਹਨੂੰ ਵੇਖੋ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ, ਤਨੋ ਜਿਹੜੇ ਉਹਦੇ ਭੋਜਨ ਤੇ ਸੱਦੇ ਗਏ ਹਨ। ਐ ਪ੍ਰਭੂ ਮੈਂ ਸਿਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਮਸੀਹ ਦਾ ਵਦਨ ਦੇ ਲਹੂ ਸਦੀਵਕ ਜੀਵਨ ਲਈ ਮੈਨੂੰ ਸੁਧਾਰੇ ਔਰ ਸੰਭਾਲ। ਮੇਰੀ ਰੂਹ ਜਿਉਂਦੇ ਯਹੋਵਾ ਦੀ ਪਿਆਸੀ ਹੈ, ਪਿਆਸੀ ਹੈ। ਮੇਰੀ ਰੂਹ ਜਿਉਂਦੇ ਯਹੋਵਾ ਦੀ ਪਿਆਸੀ, ਕਦੋਂ
ਮਨ ਨੂੰ ਪਾਵੇ ਨਾ ਰਾਸ ਬਿਨਾ ਉਸ ਯਹੋਵਾ ਕੁਛ ਆਵੇ ਨਾ ਖਾਣ ਪੀਣ ਮੇਰੇ ਦਿਲ ਨੂੰ ਪਾਵੇ ਨਾ ਰਾਸ ਬਿਨਾ ਉਸ ਯਹੋਵਾ ਕੁਛ ਆਵੇ ਨਾ ਖਾਣ ਪੀਣ ਮੇਰੇ ਮਨ ਨੂੰ ਪਾਵੇ ਨਾ ਰਾਸ ਬਿਨਾ ਉਸ ਯਹੋਵਾ ਕੁਛ ਆਵੇ ਨਾ ਖਾਣ ਪੀਣ ਮੇਰੇ ਮਨ ਨੂੰ ਪਾਵੇ ਨਾ ਰਸ ਬਿਨਾ ਉਸ ਯਹੋਵਾ ਕੁਛ ਆਵੇ ਨਾ ਰਸ ਬਿਨਾ ਉਸ ਯਹੋਵਾ ਕੁਛ ਆਵੇ ਨਾ ਮੇਰੀ ਰੂਹ ਜਿਉਂਦੇ ਯਹੋਵਾ ਲਈ ਪਿਆਸੀ ਹੈ ਪਿਆਸੀ ਹੈ ਮੇਰੀ ਰੂਹ ਜਿਉਂਦੇ ਯਹੋਵਾ ਪਿਆਸੀ ਹੈ ਪਿਆਸੀ ਹੈ ਪਿਆਸੀ ਹੈ ਪਿਆਸੀ ਹੈ ਮੈਂ ਤੇਰੇ ਸਾਰੇ ਅਸਰਚ ਕੰਮਾਂ ਦਾ ਬਿਆਨ ਕਰਾਂਗਾ ਮੈਂ ਤੇਰੇ ਨਾਂ ਵਿੱਚ ਆਨੰਦਿਤ ਹੋਵਾਂਗਾ ਅਤੇ ਖੁਸ਼ੀ ਮਨਾਵਾਂਗਾ ਅਤੇ ਤੇਰੇ ਲਈ ਜਬੂਰਾਂ ਵਿੱਚ ਖੁਸ਼ੀ ਦਾ ਗੀਤ ਗਾਵਾਂਗਾ ਯੇ ਸਰਵਉੱਚ ਖੁਦਾ ਅਸੀਂ ਪ੍ਰਾਰਥਨਾ ਕਰੀਏ ਹੇ ਖੁਦਾ ਨਜਾਤ ਦੇ ਸਾਕਰਮੈਂਟ ਦੇ ਰਾਹੀਂ ਤੂੰ ਸਾਨੂੰ ਪਾਕ ਯੂਕਰਿਸਟ ਦਾ ਵਰਦਾਨ ਦਿੱਤਾ ਹੈ ਬਖਸ਼ ਦੇ ਕੀ ਇਹ ਸਾਡੇ ਲਈ ਸਦੀਵੀ ਜੀਵਨ ਦਾ ਪੱਕਾ ਵਾਅਦਾ ਬਣਿਆ ਰਹੇ ਸਾਡੇ ਪ੍ਰਭੂ ਮਸੀਹ ਦੇ ਰਾਹੀਂ ਆਮੇਨ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਪੂਰੀ ਕੁਦਰਤ ਵਾਲਾ ਖੁਦਾ ਬਾਪ ਤੇ ਬੇਟੇ ਤੇ ਰੂਹ ਪਾਕ ਦੀ ਆਸ਼ੀਸ਼ ਤੁਸਾਂ ਸਾਰਿਆਂ ਦੇ ਹੋਵੇ ਦੇ ਸਦਾ ਤੁਹਾਡੇ ਨਾਲ ਰਹੇ ਆਮੇਨ ਕੁਰਬਾਨੀ ਚੜਾਈ ਗਈ ਸ਼ਾਂਤੀ ਨਾਲ ਜਾਈਏ ਖੁਦਾ ਦਾ ਸ਼ੁਕਰ ਹੋਵੇ ਯਾਦ ਕਰ ਐ ਨਹਾਇਤ ਮਿਹਰਬਾਨ ਵਾਲੀ ਮਰੀਮ ਪਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ ਤੇਰੀ ਮਦਦ ਚਾਹੁੰਦਿਆਂ ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਗਿਆ ਹੋਵੇ ਐ ਕੁਆਰੀ ਕੁਆਰਿਆਂ ਦੀ ਅਤੇ ਮੇਰੀ ਮਾਂ ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਤੇਰੇ ਕੇ ਖਲੋ ਕੇ ਮੈਂ ਕੋ ਨਾ ਹੀ ਰੋਂਦਾ ਹਾਂ ਐ ਦੇਹਤਾਰੀ ਹੋਏ ਕਲਾਮ ਦੀ ਮਾਂ ਤੂੰ ਮੇਰੀ ਅਰਜ਼ਾਂ ਨੂੰ ਹਕੀਰ ਨਾ ਜਾਣ ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ ਆਮੇਨ ਕੁਵਾਰੀ ਮਰੀਮ ਸ਼ਾਂਤੀ ਦੀ ਰਾਣੀ ਸਾਡੇ ਲਈ ਦੁਆ ਕਰ ਸਮੁੱਚੀ ਕਲੀਸਿਆ ਦੇ ਸਰਪ੍ਰਸਤ ਸੰਤ ਯੂਸਫ ਸਾਡੇ ਲਈ ਦੁਆ ਕਰ ਮਹਾਫਰਿਸ਼ਤੇ ਸੰਤ ਮਿਖਾਇਲ ਸਾਡੇ ਲਈ ਦੁਆ ਕਰ ਤਾਰੇ ਫਰਿਸ਼ਤਿਆਂ ਦੇ ਸੰਤੋ ਸਾਡੇ ਲਈ ਦੁਆ ਕਰ मुझे आगे पीछे घेर रखा है अपना हाथ मेरे सर पे रख रखा है तूने मुझे आगे पीछे घेर रखा है अपना हाथ मेरे सर पे रख रखा है तूने मुझे आगे पीछे घेर रखा है अपना हाथ मेरे सर पे रख रखा है तूने मुझे आगे पीछे घेर रखा है ਹੱਥ ਮੇਰੇ ਸਿਰ ਪੇ ਰੱਖੇ
ਕਹਾਂ ਜਾ